जैसा कि आप सब जानते हैं, बेअदबी मामले में नामजद आरोपी प्रदीप सिंह की गोली मारकर हत्या कर दी गई थी। उसके बाद आज मीडिया के सामने प्रदीप की बेटी आई और उन्होंने कहा कि प्रदीप की हत्या इंसानियत की हत्या है। ऐसा उन्होंने क्यों कहा, चलिए आपको दिखाते हैं। मेरे पापा ने सारी जिंदगी मानवता भलाई दे काम कीते हैं, अज मेरे पापा दा नहीं इंसानियत दा संस्कार हो रहा है। इस दुनिया दे चंगे लोग जो चंगे काम करते ने उन्हां नूं मार दिता जांदा, जिवें कि तुसीं देख ही रहे हो। इन्नियां गोलियां वजन दे बावजूद भी उन्हां ने आपदियां अखां किसे होर नूं दित्तियां। ਉਹ ਇਸ ਦੁਨੀਆ 'ਚ ਨਹੀਂ ਰਹੇ, ਪਰ ਜੋ ਇਨਸਾਨੀਅਤ ਦੇ ਕੰਮ ਉਹਨਾਂ ਨੇ ਸਾਨੂੰ ਸਿਖਾਏ ਆ, ਉਸ ਰਾਹ 'ਤੇ ਅਸੀਂ ਹਮੇਸ਼ਾ ਚੱਲਦੇ ਰਹੋ। ਗੱਲ ਕਰੀਏ ਤਾਂ ਜਿਹੜੇ ਤਿੰਨ ਦੋਸ਼ੀ ਜਿਹੜੇ ਦੱਸਿਆ ਜਾ ਰਿਹਾ ਫੜ ਲਏ ਗਏ ਨੇ, ਪਰ ਕਿਤੇ ਕਿਤੇ ਗੈਂਗਸਟਰਾਂ ਵੱਲੋਂ ਵੀ ਇਸ ਚੀਜ਼ ਦੀ ਜ਼ਿੰਮੇਵਾਰੀ ਲੈ ਗਈ ਸੀਗੀ। ਉਹਨਾਂ ਕਹਿਣਾ ਸੀ ਕਿ ਅਸੀਂ ਬਦਲਾ ਲਿਆ, ਜੋ ਕਿਉਂਕਿ ਇਹਨਾਂ ਵੱਲੋਂ ਵੀ ਇਹਦੇ ਵਿੱਚ ਜਿਹੜਾ ਨਾਮਜ਼ਦ ਕੀਤਾ ਗਿਆ ਸੀ। ਇਹ ਗੱਲ ਬਾਰੇ ਮੈਨੂੰ ਨਹੀਂ ਪਤਾ, ਬਸ ਮੈਨੂੰ ਇੰਨਾ ਪਤਾ ਕਿ ਮੇਰੇ ਪਾਪਾ ਬੇਕਸੂਰ ਸੀ। ਇੱਕ ਅੰਡਰ ਟ੍ਰਾਇਲ ਕੇਸ ਚੱਲ ਰਿਹਾ, ਸਿਰਫ ਇੱਕ ਸ਼ੱਕ ਦੇ ਆਧਾਰ 'ਤੇ ਤੁਸੀਂ ਮੇਰੇ ਪਾਪਾ ਦੀ ਜਾਨ ਲੈ ਲਈ ਹੈ। ਉਹਨਾਂ 'ਤੇ ਕੋਈ ਵੀ ਇਲਜ਼ਾਮ ਹਜੇ ਪ੍ਰੂਫ ਨਹੀਂ ਹੋਏ ਸੀਗੇ। ਇਹ ਬਾਕੀ ਮੈਂ ਇਹ ਤੁਸੀਂ ਖੁਸ਼ ਹੋ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ, ਮੰਨ ਲਓ ਜੇਕਰ ਦੋਸ਼ੀ ਰਹਿੰਦੇ ਨੇ ਉਹ ਨਹੀਂ ਫੜੇ ਜਾਂਦੇ ਤਾਂ ਪਰਿਵਾਰ ਵੱਲੋਂ ਵੀ ਅਦਾਲਤ ਦਾ ਸਹਾਰਾ ਜਾਂ ਕੋਈ ਇਸ ਤਰ੍ਹਾਂ ਹੋਰ ਫੈਸਲਾ ਲਿਆ ਜਾਵੇਗਾ? ਜ਼ਰੂਰ, ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਅਤੇ ਅਸੀਂ ਇਨਸਾਫ ਲਈ ਲੜਾਂਗੇ। ਆਮ ਲੋਕਾਂ ਨੂੰ ਕੀ ਅਪੀਲ ਕਰੋ, ਕਿਤੇ ਨਾ ਕਿਤੇ ਇਹ ਡੇਰਾਵਾਦ ਖਿਲਾਫ਼ ਲੋਕ ਪ੍ਰਚਾਰ ਕਰਦੇ ਨੇ, ਅੱਜ ਤੁਹਾਡੇ ਪਿਤਾ ਵੱਲੋਂ ਅੱਖਾਂ ਰੰਗ ਕੀਤੀਆਂ ਵੀ ਗਈਆਂ ਨੇ, ਅਤੇ ਆਮ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਇਨਸਾਨੀਅਤ ਦੇ ਰਾਹ 'ਤੇ ਚੱਲੋ? ਬਸ ਇਨਸਾਨੀਅਤ ਦੇ ਰਾਹ 'ਤੇ ਚੱਲੋ, ਕਿਸੇ ਦਾ ਘਰ ਨਾ ਉਜਾੜੋ ਇੱਦਾਂ। ਬਾਕੀ ਡੇਰੇ 'ਚ ਤਾਂ ਸਿਰਫ ਨਸ਼ਿਆਂ ਤੋਂ ਲੋਕਾਂ ਨੂੰ ਛੁਡਾਇਆ ਜਾਂਦਾ, ਨਸ਼ੇ ਛੁਡਾਏ ਜਾਂਦੇ ਨੇ, ਇਨਸਾਨੀਅਤ ਦੇ ਕੰਮ ਕੀਤੇ ਜਾਂਦੇ ਨੇ। ਜੇ ਲੋਕ ਇਨਸਾਨੀਅਤ ਦੇ ਖਿਲਾਫ਼ ਬੋਲਣਗੇ ਤਾਂ ਫਿਰ ਕੀ ਰਹਿ